अमृतसर के साथ लगते गांव बोपर आए बाज में आज तीज का त्यौहार मनाया गया। यही नहीं, इस मौके पर लड़कियों ने अपना लोकनाच गिद्धा डाला और इस त्यौहार को मनाया। वहीं सतविंदर कौर सोखल ने बताया कि ऐसा लग रहा है कि पंजाब इतिहास में कितने अमीर विरासत का हिस्सा होता था, जो कि आज खत्म होने की कगार पर आ गया है। जरूरत है कि इस तरह के आयोजन से इस त्यौहार की महत्ता को दोबारा कायम किया जा सके। वहीं उन्होंने कहा कि इस त्यौहार को हमारे गांव के लोगों द्वारा पार्टीबाजी से उठकर ये त्यौहार एक साथ मिलकर मनाया गया। अमन माहल, दिव्या पंजाब टीवी, अमृतसर। ਸੁਖਵਿੰਦਰ ਸਿੰਘ ਸੋਖਲ ਜੀ, ਗੋਪਾਲ ਰਾਏ ਬਾਜ ਸਿੰਘ। ਸਾਡੇ ਜੋ ਪੰਜਾਬ ਦੇ ਵਿੱਚ ਸੱਭਿਆਚਾਰ ਪ੍ਰੋਗਰਾਮ ਉਹ ਖਤਮ ਹੁੰਦਾ ਜਾ ਰਿਹਾ ਸੀ ਰੂਟੀਨ ਵਾਈ, ਪਰ ਇਹ ਸੋਚਿਆ ਵੀ ਲਾਸਟ ਵਾਲਾ ਜਿਹੜਾ ਐਤਵਾਰ ਹੈਗਾ ਵਾ ਇਹ ਆਪਾਂ ਥੋੜਾ ਧੂਮ ਧਾਮ ਦੇ ਨਾਲ ਮਨਾਇਆ ਜਾਵੇ, ਜੋ ਬੱਚਿਆਂ ਨੂੰ ਆਉਣ ਵਾਲੇ ਬੱਚੇ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਇਹ ਤਿਉਹਾਰ ਕੀ ਆ, ਤੀਆਂ ਦਾ ਤਿਉਹਾਰ ਕੀ ਹੁੰਦਾ ਵਾ ਕੀ ਨਹੀਂ ਹੁੰਦਾ। ਚਲੋ ਬੱਚੇ ਪੁੱਛਦੇ ਆਪ ਦੇ ਵਿੱਚ, ਹੁਣ ਸਾਰਾ ਨਗਰ ਵੀ ਖੁਸ਼ ਆ, ਰਲ ਮਿਲ ਕੇ ਅਸੀਂ ਮਨਾ ਰਹੇ ਹਾਂ। ਇਹਦੇ ਵਿੱਚ ਕੋਈ ਪਾਰਟੀ ਬਾਈ ਦਾ ਕੋਈ ਅਸੀਂ ਇਹ ਨਹੀਂ ਰੱਖਿਆ ਕੋਈ ਅਕਾਲੀ ਆ ਜਾਂ ਕਾਂਗਰਸੀ ਆ, ਸਾਰੀਆਂ ਪਾਰਟੀਆਂ ਇਹ ਸਾਡੇ ਨਾਲ ਖੜ ਕੇ ਇਹ ਤਿਉਹਾਰ ਮਨਾ ਰਹੀਆਂ ਜੀ। ਮੇਰਾ ਨਾਮ ਨਾਨਕੀ ਆ। ਇੱਥੇ ਸਾਵਨ ਦੇ ਮਹੀਨੇ ਦੀਆਂ ਤੀਆਂ ਚੱਲ ਰਹੀਆਂ ਨੇ। ਇਹ ਸਾਨੂੰ ਪਹਿਲਾਂ ਸਿਰਫ ਕਿਤਾਬਾਂ ਵਿੱਚ ਹੀ ਪੜ੍ਹਨ ਨੂੰ ਮਿਲਦਾ ਸੀ ਔਰ ਅੱਜ ਸਾਡੇ ਪਿੰਡ ਵਿੱਚ ਮਨਾਇਆ ਜਾ ਰਿਹਾ। ਸਾਨੂੰ ਬਹੁਤ ਵਧੀਆ ਲੱਗਦਾ ਪਿਆ ਏ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਏ। ਸਾਰੇ ਪਿੰਡ ਵਾਲੇ ਇਕੱਠੇ ਹੁੰਦੇ ਪਏ ਇੱਥੇ ਔਰ ਫਿਰ ਗਿੱਧਾ ਪਾਇਆ ਜਾ ਰਿਹਾ ਏ, ਭੰਗੜਾ ਪਾਇਆ ਜਾ ਰਿਹਾ ਏ। ਮੇਰਾ ਨਾਮ ਜਸ਼ਨਪ੍ਰੀਤ ਕੌਰ ਆ। ਮੈਂ ਆਪਣੇ ਪਿੰਡ ਦੇ ਸੰਜੋਗ ਬਾਰੇ ਸੁਣਾ ਸੀ ਕਿ ਸਾਰਿਆਂ ਨੇ ਕਿੰਨੇ ਸੰਜੋਗ ਨਾਲ ਇੱਥੇ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ, ਜੋ ਕਿ ਕਿਤਾਬਾਂ ਵਿੱਚ ਹੀ ਪੜ੍ਹਿਆ ਸੀ। ਕਿਸੇ ਵੀ ਪਿੰਡ ਵਿੱਚ ਵੈਸੇ ਦੇਖਿਆ ਤੇ ਨਹੀਂ ਸੀ, ਪਰ ਸਾਡੇ ਪਿੰਡ ਦੇ ਸੰਜੋਗ ਨਾਲ ਇੱਥੇ ਹੋ ਰਿਹਾ ਏ। ਸਾਡੇ ਸੋਖਲ ਅੰਕਲ ਹੋਣੀ ਜਿਹੜੇ ਸਾਰੇ ਇੱਥੋਂ ਦੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਕੀਤਾ ਹੋਇਆ ਇਹ ਪ੍ਰੋਗਰਾਮ। ਬਸ ਇਹੀ ਕਹਿਣਾ ਚਾਹੁੰਦੇ ਕਿ ਬੜੀ ਖੁਸ਼ੀ ਹੋ ਰਹੀ ਆ ਕਿ ਸਾਰੀਆਂ ਇੱਥੇ ਕੁੜੀਆਂ ਇਕੱਠੀਆਂ ਹੋ ਕੇ ਆਪਣਾ ਤੀਆਂ ਦਾ ਤਿਉਹਾਰ ਮਨਾ ਰਹੀਆਂ ਨੇ। ਕਿੱਦਾਂ ਮਨਾਇਆ ਜਾ ਰਿਹਾ, ਕਿੱਥੇ ਗਿੱਧਾ ਪੈ ਰਿਹਾ ਵਾ, ਤੁਸੀਂ ਦੇਖ ਹੀ ਲਾ ਕਿ ਬਾਰਿਸ਼ ਵੀ ਹੋ ਰਹੀ ਆ, ਪਰ ਸਾਰੇ ਇੱਥੇ ਫਿਰ ਵੀ ਬੜਾ ਖੁਦ ਨੂੰ ਖੁਸ਼ੀ ਜੀ ਮਹਿਸੂਸ ਹੋ ਰਹੀ ਆ ਕਿ ਪਹਿਲੀ ਵਾਰ ਤੀਆਂ ਲੱਗੀਆਂ ਨੇ ਤੇ ਬਹੁਤ ਹੀ ਵਧੀਆ ਕਰ ਰਹੇ ਨੇ ਸਾਰੇ। ਤੁਹਾਨੂੰ ਪਤਾ ਹੈ ਕਿ ਸਾਉਣ ਦੇ ਮਹੀਨੇ ਵੀ ਤਾਂ ਖੀਰ ਪੂੜੇ ਕਿੰਨੇ ਮਸ਼ਹੂਰ ਨੇ ਤੇ ਉਹ ਤਾਂ ਬਣੇ ਹੋਏ ਨੇ ਇੱਥੇ।